ਪਾਰਟੀ ਨੇ ਬੜਾ ਧੋਖਾ ਕੀਤਾ ਸਾਡੇ ਨਾਲ। ਸਾਡੇ ਘਰ ਦੀਆਂ ਵੋਟਾਂ 15-20 ਆ, ਜਿਹਦੇ ਵਿੱਚੋਂ 9 ਨਿਕਲੀਆਂ। ਸਾਡੀ ਗਲੀ ਨੇ ਸੋਹਾ ਖਾ ਕੇ ਸਾਰੀਆਂ ਨੇ ਗਲੀਆਂ ਨੇ ਵੋਟਾਂ ਪਾਈਆਂ, ਉਹਦੇ ਵਿੱਚ ਕੱਖ ਨਹੀਂ ਨਿਕਲਿਆ। 21 ਜੀਵੀ ਕੱਖ ਨਹੀਂ ਨਿਕਲਿਆ, 22 ਜੀਵੀ ਕੱਖ ਨਹੀਂ ਨਿਕਲਿਆ। ਸਿੱਧੀਆਂ ਮਸ਼ੀਨਾਂ ਵਾਲੇ ਦੇ ਘਰ ਗਈਆਂ, ਸਾਡੇ ਸੈਨੀ ਦੇ ਇਹਨਾਂ ਨੇ ਸੈਨ ਤੋੜ ਕੇ ਸਾਡੀਆਂ ਸਾਰੀਆਂ ਖਿੱਚੀਆਂ। 12 ਬੀਜੇਪੀ ਦੀ ਪਾਰਟੀ ਤੋਂ 12 ਨੰਬਰ ਇਹਨਾਂ ਨੇ ਰੋਜ਼ ਸਾਨੂੰ ਤੰਗ ਕੀਤਾ। ਮੇਰੇ ਹਸਬੈਂਡ ਰੇਹੜੀ ਲਾਈ, ਉਹਦੀ ਰੇਹੜੀ ਚੁਕਵਾਤੀ, ਤੂੰ ਸੜ ਦੇ ਸੀਟ ਸੜ ਦੇ। ਮੈਂ ਢੀਠ ਨਹੀਂ ਛੱਡੀ, ਮੈਂ ਸਕੂਲ ਲੱਗੇ ਨੇ ਮੈਨੂੰ ਸਕੂਲ ਵੀ ਢਾਤਾ, ਹੁਣ ਮੈਂ ਜਿੱਤੀ ਦੀ। ਇਹਨੇ ਰਾਤੋ ਰਾਤ ਮਸ਼ੀਨਾਂ ਬਦਲ ਕੇ ਮੇਰੀਆਂ ਸਾਰੀਆਂ ਵੋਟਾਂ ਕਾਂਗਰਸ ਪਾਰਟੀ ਪਾਤੀਆਂ, ਉਹੀ ਜਿਹੀ ਜਿਹਨੂੰ ਆਜ਼ਾਦ ਖੋਤਾ ਜੀ 18 ਵੋਟਾਂ ਪਈਆਂ। ਮੈਂ ਪਾਰਟੀ ਵੱਲੋਂ 12 ਵਾਰ ਤੋਂ ਹਰ ਵਾਰੇ ਬੀਜੇਪੀ ਜਿੱਤੀ ਦੀ ਆਈ, ਕੀ ਗੱਲ ਉਹਨੂੰ 19 ਵੋਟਾਂ ਪੈਣਗੀਆਂ? ਕਦੀ ਵੀ ਨਾ, ਇਹਨਾਂ ਨੇ ਸਾਰਾ ਕੀਤਾ, ਕਾਂਗਰਸ ਪਾਰਟੀ ਨੇ ਜੋ ਵੀ ਕੀਤਾ ਗਲਤ ਕੀਤਾ। ਕਾਂਗਰਸ ਪਾਰਟੀ ਹਾਏ ਹਾਏ, ਵੋਟਾਂ ਫੇਰ ਪਾਈਆਂ ਜਾਣ, ਮੈਂ ਇਹਦਾ ਜ਼ਿੰਮੇਵਾਰੀ ਕਾਂਗਰਸ ਪਾਰਟੀ ਨੂੰ ਹੀ ਕਰਨੀ ਆ। ਕੀ ਗੱਲ ਜਿਹੜੀ ਕਿਹੜੀ ਵਾਰਡ ਆ? ਵਾਰਡ ਕਿਹੜੀ ਆ? ਵਾਰਡ ਨੰਬਰ ਬੀਜੇਪੀ ਦੀ 21 22 ਬੂਥ ਨੰਬਰ 12 ਆ। ਤੁਹਾਡੀ ਪਾਰਟੀ ਕਿਹੜੀ ਆ? ਬੀਜੇਪੀ। ਇਹਨਾਂ ਨੇ ਧੱਕਾ ਕੀਤਾ, ਸਾਰਿਆਂ ਨੇ ਧੱਕਾ ਕੀਤਾ ਸਾਡੇ ਬੂਥ। ਮੇਰਾ ਪਰਿਵਾਰ 250 ਵੋਟਾਂ ਮੇਰੇ ਪਰਿਵਾਰ ਦੀਆਂ, ਜਿਹਦੇ ਵਿੱਚੋਂ 9 ਨਿਕਲੀਆਂ, ਬਾਕੀ ਕਿੱਥੇ ਗਈਆਂ? ਸੀਲਾ ਤੋੜੀਆਂ, ਬਾਕੀ ਕਿੱਥੇ ਗਈਆਂ? ਮੈਂ ਜਦੋਂ ਬੂਥ ਤੇ ਖਲੋਤੀ, ਇਹਨਾਂ ਨੇ ਮੇਰੇ ਕਿਹੜੀ ਵਾਰਡ ਵਾ? ਕਿਹੜੀ ਵਾਰਡ? ਕਿਹੜੀ ਤੁਹਾਡੀ ਵਾਰਡ? ਕਿਹੜੀ ਵਾਰਡ? ਰੇਡੀ ਚਕਾਈ, ਫਿਰ ਇਹਨਾਂ ਨੇ ਕੀ ਕੀਤਾ? ਮੈਨੂੰ ਸਕੂਲੋਂ ਹਟਾਇਆ। ਮੇਰੇ ਘਰ ਦੇ ਜੀ, ਮੇਰੀ ਗਲੀ 4 ਗਲੀਆਂ ਜਿਨ੍ਹਾਂ ਦੀਆਂ ਹਰ ਵੇਲੇ ਬੀਜੇਪੀ ਜਿੱਤਦੀ ਆਈ। ਉਹਨੇ ਕਿਹੜੀ ਗੱਲ ਚੁੱਪ ਕਰ ਜੀਏ? ਵਾਰਡ ਨੰਬਰ 12 ਕਿਹੜੀ ਪਾਰਟੀ ਨੂੰ? ਸ਼੍ਰੋਮਣੀ ਅਕਾਲੀ ਦਲ। ਵੀਰ ਜੀ, ਸਾਡਾ ਪਹਿਲੇ ਵੀ ਘਰ ਦਾ ਪ੍ਰਾਪਰਟੀ ਕੇਸ ਸੀਗਾ, ਉਦੋਂ ਵੀ ਪਾੜੇ ਵੀ ਹੱਟਦੇ 2 ਪਰਚੇ ਕਰਾਏ ਸੀ, ਉਹ ਤੇ ਤੂੰ ਤੰਗ ਹੋ ਕੇ ਅੱਜ ਮੈਂ ਰਾਜਨੀਤੀ ਵਿੱਚ ਆਈ ਆ, ਤੇ ਹੁਣ ਮੇਰੇ ਨਾਲ ਇਹ ਹਸ਼ਰ ਹੋਇਆ ਵਾ, ਤੇ ਹੁਣ ਮੈਨੂੰ ਇਹ ਨਹੀਂ ਪਤਾ ਕਿ ਜਦੋਂ ਮੈਂ ਇਥੋਂ ਨਿਕਲਣਾ ਫਿਰ ਪਾੜਾ ਮੇਰੇ ਨਾਲ ਕੀ ਕਰਵਾ ਦੇ, ਕਿਉਂਕਿ ਮੈਨੂੰ ਪੂਰਾ ਡਾਊਟ ਹੈ ਕਿ ਪਾੜਾ ਫਿਰ ਕੁਛ ਨਾ ਕੁਛ ਕਰਾਊਗਾ ਜ਼ਰੂਰ, ਇਹ ਮੈਂ ਗਾਰੰਟੀ ਦਿੰਨੀ ਆ, ਕਿਉਂਕਿ ਉਹਦਾ ਪਰਿਵਾਰ ਸਾਰਾ ਅੰਦਰ ਮੌਜੂਦ ਵਾ। ਸਾਨੂੰ ਕਹਿੰਦਾ ਫੋਨ ਰੱਖੋ, ਅਗਰ ਕੋਈ ਵੀ ਗੱਲ ਸਾਡੇ ਪਰਿਵਾਰ ਚੋਂ ਜਾਂ ਸਾਡੇ ਨਾਲ ਕੁਝ ਵੀ ਹੁੰਦਾ, ਉਹਦਾ ਸਿੱਧਾ ਸਿੱਧਾ ਪਾੜਾ ਪਰਿਵਾਰ ਜ਼ਿੰਮੇਵਾਰ, ਕਿਉਂਕਿ ਪਾੜੇ ਪਰਿਵਾਰ ਸਾਨੂੰ ਖਤਰਾ ਹੈਗਾ। ਸਾਨੂੰ ਕਹਿੰਦੇ ਫੋਨ ਬਾਹਰ ਰੱਖੋ, ਇਹਨਾਂ ਦੇ ਫੋਨ ਕਿਉਂ ਅੰਦਰ ਨੇ? ਇਹਨਾਂ ਸਾਰੇ ਰੂਲ ਇੱਕ ਕਿਉਂ ਨਹੀਂ ਹੈਗੇ? ਸਾਰੇ ਪਰਿਵਾਰ ਬਾਹਰ ਹੈਗੇ ਨੇ, ਕਿਹੜੀ ਗੱਲ? ਰਾਤੋ ਰਾਤ ਕਦੀ ਬਰਦਾਸ਼ਤ ਨਹੀਂ ਕਰਾਂਗੇ ਸਾਰੀ ਤੋੜੀ ਸਾਡੀ। ਅਸੀਂ ਕਹਿੰਦੇ ਅਸੀਂ ਹਰ ਪਾਸੇ ਗਲਤ ਹੋ ਗਏ ਆ, ਜੇ ਬਾੜਾ ਸੱਚਾਈ ਦਾ ਬਾੜਾ ਕਿਉਂ ਨਹੀਂ ਗੱਲ ਕਰਦਾ? ਪਾਰਟੀ ਕਿਹੜੀ ਤੁਹਾਡੀ? ਅਕਾਲੀ ਦਲ। ਤੁਹਾਡਾ ਅਕਾਲੀ ਦਲ ਦੇ ਜਿਹੜਾ ਵਾਰਡ ਨੰਬਰ? ਵਾਰਡ ਨੰਬਰ 12। ਵਾਰਡ ਨੰਬਰ 12, ਕੀ ਨਾਮ ਕੀ ਤੁਹਾਡਾ? ਸਾਹਿਬ ਕੌਰ। ਹਾਂ ਤਾਂ ਇਹ ਤੁਹਾਡੇ ਪਾਸੇ ਮੈਂ ਤੱਕਾ ਚੱਲੀ ਗਈ ਗੱਲ ਇਹ ਕੰਮ ਕੋਲ ਹੋਣ ਕੋਈ ਵੀ ਪ੍ਰੋਗਰੈਸ ਦੀ ਜਿੱਤ ਨਹੀਂ ਹੈਗੀ। ਝੂਠਾ ਪਰਚਾ ਪਹਿਲੇ ਵੀ ਐਮਐਲਏ ਪਾੜੇ ਨੇ ਕਰਾਇਆ ਸੀ, ਉਹਦੇ ਕਰਕੇ ਅੱਜ ਬੈਠੇ ਕੁਰਸੀ ਤੇ, ਨਾ ਤੱਕਾ ਕਰਦਾ ਨਾ ਇੱਥੋਂ ਤੱਕ ਆਉਂਦੇ, ਸਾਡੇ ਇੱਥੇ ਤੱਕ ਲਿਆਉਣ ਵਾਲਾ ਸੀ ਐਮਐਲਏ। ਕਾਂਗਰਸ ਪਾਰਟੀ ਨੇ ਬੜਾ ਧੋਖਾ ਕੀਤਾ ਸਾਡੇ ਨਾਲ। ਸਾਡੇ ਘਰ ਦੀਆਂ ਵੋਟਾਂ 15-20 ਆ, ਜਿਹਦੇ ਵਿੱਚੋਂ 9 ਨਿਕਲੀਆਂ। ਸਾਡੀ ਗਲੀ ਨੇ ਸੋਹਾ ਖਾ ਕੇ ਸਾਰੀਆਂ ਨੇ ਗਲੀਆਂ ਨੇ ਵੋਟਾਂ ਪਾਈਆਂ, ਉਹਦੇ ਵਿੱਚ ਕੱਖ ਨਹੀਂ ਨਿਕਲਿਆ। 21 ਜੀਵੀ ਕੱਖ ਨਹੀਂ ਨਿਕਲਿਆ, 22 ਜੀਵੀ ਕੱਖ ਨਹੀਂ ਨਿਕਲਿਆ। ਸਿੱਧੀਆਂ ਮਸ਼ੀਨਾਂ ਵਾਲੇ ਦੇ ਘਰ ਗਈਆਂ, ਸਾਡੇ ਸੈਨੀ ਦੇ ਇਹਨਾਂ ਨੇ ਸੈਨ ਤੋੜ ਕੇ ਸਾਡੀਆਂ ਸਾਰੀਆਂ ਖਿੱਚੀਆਂ। 12 ਬੀਜੇਪੀ ਦੀ ਪਾਰਟੀ ਤੋਂ 12 ਨੰਬਰ ਇਹਨਾਂ ਨੇ ਰੋਜ਼ ਸਾਨੂੰ ਤੰਗ ਕੀਤਾ। ਮੇਰੇ ਹਸਬੈਂਡ ਰੇਹੜੀ ਲਾਈ, ਉਹਦੀ ਰੇਹੜੀ ਚੁਕਵਾਤੀ, ਤੂੰ ਸੜ ਦੇ ਸੀਟ ਸੜ ਦੇ। ਮੈਂ ਢੀਠ ਨਹੀਂ ਛੱਡੀ, ਮੈਂ ਸਕੂਲ ਲੱਗੇ ਨੇ ਮੈਨੂੰ ਸਕੂਲ ਵੀ ਢਾਤਾ, ਹੁਣ ਮੈਂ ਜਿੱਤੀ ਦੀ। ਇਹਨੇ ਰਾਤੋ ਰਾਤ ਮਸ਼ੀਨਾਂ ਬਦਲ ਕੇ ਮੇਰੀਆਂ ਸਾਰੀਆਂ ਵੋਟਾਂ ਕਾਂਗਰਸ ਪਾਰਟੀ ਪਾਤੀਆਂ, ਉਹੀ ਜਿਹੀ ਜਿਹਨੂੰ ਆਜ਼ਾਦ ਖੋਤਾ ਜੀ 18 ਵੋਟਾਂ ਪਈਆਂ। ਮੈਂ ਪਾਰਟੀ ਵੱਲੋਂ 12 ਵਾਰ ਤੋਂ ਹਰ ਵਾਰੇ ਬੀਜੇਪੀ ਜਿੱਤੀ ਦੀ ਆਈ, ਕੀ ਗੱਲ ਉਹਨੂੰ 19 ਵੋਟਾਂ ਪੈਣਗੀਆਂ? ਕਦੀ ਵੀ ਨਾ, ਇਹਨਾਂ ਨੇ ਸਾਰਾ ਕੀਤਾ, ਕਾਂਗਰਸ ਪਾਰਟੀ ਨੇ ਜੋ ਵੀ ਕੀਤਾ ਗਲਤ ਕੀਤਾ। ਕਾਂਗਰਸ ਪਾਰਟੀ ਹਾਏ ਹਾਏ, ਵੋਟਾਂ ਫੇਰ ਪਾਈਆਂ ਜਾਣ, ਮੈਂ ਇਹਦਾ ਜ਼ਿੰਮੇਵਾਰੀ ਕਾਂਗਰਸ ਪਾਰਟੀ ਨੂੰ ਹੀ ਕਰਨੀ ਆ। ਕੀ ਗੱਲ ਜਿਹੜੀ ਕਿਹੜੀ ਵਾਰਡ ਆ? ਵਾਰਡ ਕਿਹੜੀ ਆ? ਵਾਰਡ ਨੰਬਰ ਬੀਜੇਪੀ ਦੀ 21-22 ਬੂਥ ਨੰਬਰ 12। ਤੁਹਾਡੀ ਪਾਰਟੀ ਕਿਹੜੀ ਆ? ਬੀਜੇਪੀ। ਇਹਨਾਂ ਨੇ ਧੱਕਾ ਕੀਤਾ, ਸਾਰਿਆਂ ਨੇ ਧੱਕਾ ਕੀਤਾ ਸਾਡੇ ਬੂਥ। ਮੇਰਾ ਪਰਿਵਾਰ 250 ਵੋਟਾਂ ਮੇਰੇ ਪਰਿਵਾਰ ਦੀਆਂ, ਜਿਹਦੇ ਵਿੱਚੋਂ 9 ਨਿਕਲੀਆਂ, ਬਾਕੀ ਕਿੱਥੇ ਗਈਆਂ? ਸੀਲਾ ਤੋੜੀਆਂ, ਬਾਕੀ ਕਿੱਥੇ ਗਈਆਂ?
ਮੈਂ ਜਦੋਂ ਬੂਥ ਤੇ ਖਲੋਤੀ ਇਹਨਾਂ ਨੇ ਮੇਰੇ ਕਿਹੜੀ ਵਾਰਡ ਵਾ ਕਿਹੜੀ ਵਾਰਡ ਕਿਹੜੀ ਤੁਹਾਡੀ ਵਾਰਡ ਕਿਹੜੀ ਰੇਡੀ ਚ ਗਈ ਫਿਰ ਇਹਨਾਂ ਨੇ ਕੀ ਕੀਤਾ ਮੈਨੂੰ ਸਕੂਲ ਹਟਾਇਆ ਮੇਰੇ ਘਰ ਦੇ ਜੀ ਮੇਰੀ ਗਲੀ ਚਾਰ ਗਲੀਆਂ ਜਿਨ੍ਹਾਂ ਦੀਆਂ ਹਰ ਵੀਰ ਬੀਜੇਪੀ ਜਿੱਤਦੀ ਆਈ ਉਹਨੇ ਕਿਹੜੀ ਗੱਲ ਚੁੱਪ ਕਰ ਜੀਏ ਵਾਰਡ ਨੰਬਰ 12 ਸ਼੍ਰੋਮਣੀ ਅਕਾਲੀ ਦਲ ਵੀਰ ਜੀ ਸਾਡਾ ਪਹਿਲੇ ਵੀ ਘਰ ਦਾ ਪ੍ਰਾਪਰਟੀ ਕੇਸ ਸੀਗਾ ਉਦੋਂ ਵੀ ਪਾੜੇ ਦੇ ਹੱਥ ਤੇ ਦੋ ਪਰਚੇ ਕਰਾਏ ਸੀ ਉਹ ਤੇ ਤੂੰ ਤੰਗ ਹੋ ਕੇ ਅੱਜ ਮੈਂ ਰਾਜਨੀਤੀ ਵਿੱਚ ਆਈ ਹਾਂ ਤੇ ਹੁਣ ਮੇਰੇ ਨਾਲ ਇਹ ਹਸ਼ਰ ਹੋਇਆ ਵਾ ਤੇ ਹੁਣ ਮੈਨੂੰ ਇਹ ਨਹੀਂ ਪਤਾ ਕਿ ਜਦੋਂ ਮੈਂ ਇੱਥੋਂ ਨਿਕਲਣਾ ਫਿਰ ਪਾੜਾ ਮੇਰੇ ਨਾਲ ਕੀ ਕਰਵਾ ਦੇ ਕਿਉਂਕਿ ਮੈਨੂੰ ਪੂਰਾ ਡਾਊਟ ਹੈ ਕਿ ਪਾੜਾ ਫਿਰ ਕੁਛ ਨਾ ਕੁਛ ਕਰਾਊਗਾ ਜ਼ਰੂਰ ਇਹ ਮੈਂ ਗਾਰੰਟੀ ਦਿੰਨੀ ਆ ਕਿਉਂਕਿ ਉਹਦਾ ਪਰਿਵਾਰ ਸਾਰਾ ਅੰਦਰ ਮੌਜੂਦ ਵਾ ਸਾਨੂੰ ਕਹਿੰਦੇ ਫੋਨ ਰੱਖੋ ਅਗਰ ਕੋਈ ਵੀ ਗੱਲ ਸਾਡੇ ਪਰਿਵਾਰ ਚੋਂ ਜਾਂ ਸਾਡੇ ਨਾਲ ਕੁਝ ਵੀ ਹੁੰਦਾ ਉਹਦਾ ਸਿੱਧਾ ਸਿੱਧਾ ਪਾੜਾ ਪਰਿਵਾਰ ਜ਼ਿੰਮੇਵਾਰ ਕਿਉਂਕਿ ਪਾੜੇ ਪਰਿਵਾਰ ਸਾਨੂੰ ਖਤਰਾ ਹੈਗਾ ਸਾਨੂੰ ਕਹਿੰਦੇ ਫੋਨ ਬਾਹਰ ਰੱਖੋ ਇਹਨਾਂ ਦੇ ਫੋਨ ਕਿਉਂ ਅੰਦਰ ਨੇ ਇਹਨਾਂ ਸਾਰੇ ਰੂਲ ਇੱਕ ਕਿਉਂ ਨਹੀਂ ਹੈਗੇ ਸਾਰੇ ਪਰਿਵਾਰ ਦੇ ਫੋਨ ਅੰਦਰ ਨੇ ਕਿਹੜੀ ਗੱਲ ਰਾਤੋਂ ਰਾਤ ਕਦੇ ਬਰਦਾਸ਼ਤ ਨਹੀਂ ਕਰਾਂਗੇ ਸਾਰੇ ਤੋੜੀ ਸਾਡੀ ਅਸੀਂ ਕਹਿੰਦੇ ਅਸੀਂ ਹਰ ਪਾਸੇ ਗਲਤ ਹੋ ਗਏ ਆ ਕਿ ਬੜਾ ਸੱਚਾਈ ਪਾੜਾ ਕਿਉਂ ਨਹੀਂ ਗੱਲ ਕਰਦਾ ਅਕਾਲੀ ਦਲ ਅਕਾਲੀ ਦਲ ਦੇ ਜੀ ਕਿਹੜਾ ਵਾਰਡ ਨੰਬਰ ਵਾਰਡ ਨੰਬਰ 12 ਵਾਰਡ ਨੰਬਰ 12 ਕੀ ਨਾਮ ਕੀ ਤੁਹਾਡਾ ਸਾਹਿਬ ਕੌਰ ਆ ਤਾਂ ਤੁਹਾਡੇ ਵਾਸਤੇ ਮੈਂ ਤਾਂ ਕੱਚਲ ਨਹੀਂ ਜਾਏਗਾ ਇਹ ਕੰਮ ਕੋਈ ਵੀ ਪ੍ਰੋਗਰੈਸ ਦੀ ਜਿੱਤਨੀ ਹੈਗੀ ਝੂਠਾ ਪਰਚਾ ਪਹਿਲੇ ਵੀ ਐਮਐਲਏ ਪਾੜੇ ਨੇ ਕਰਾਇਆ ਸੀ ਉਹਦੇ ਕਰਕੇ ਅੱਜ ਬੈਠੇ ਤੁਸੀਂ ਨਾ ਉਛਲਾ ਨਾ ਨਾ ਤੱਕ ਕਰਦਾ ਨਾ ਇੱਥੇ ਤੱਕ ਆਉਂਦੇ ਤਾਂ ਇੱਥੇ ਤੱਕ ਲਿਉਣ ਵਾਲਾ ਸੀ ਐਮਐਲਏ ਪਾਰਟੀ ਨੇ ਬੜਾ ਧੋਖਾ ਕੀਤਾ ਸਾਡੇ ਨਾਲ ਸਾਡੇ ਘਰ ਦੀਆਂ ਵੋਟਾਂ 15-20 ਆ ਜਿਹਦੇ ਵਿੱਚੋਂ 9 ਨਿਕਲੀਆਂ ਸਾਡੀ ਗਲੀ ਨੇ ਸੋਹਾ ਖਾ ਕੇ ਸਾਰੀਆਂ ਨੇ ਗਲੀਆਂ ਨੇ ਵੋਟਾਂ ਪਾਈਆਂ ਉਹਦੇ ਵਿੱਚ ਕੱਖ ਨਹੀਂ ਨਿਕਲਿਆ 21 ਜੀਵੀ ਕੱਖ ਨਹੀਂ ਨਿਕਲਿਆ 22 ਜੀਵੀ ਕੱਖ ਨਹੀਂ ਨਿਕਲਿਆ ਸਿੱਧੀਆਂ ਮਸ਼ੀਨਾਂ ਪਾੜੇ ਦੇ ਘਰ ਗਈਆਂ ਸਾਡੇ ਸੈਨੀ ਦੇ ਇਹਨਾਂ ਨੇ ਸੈਨ ਤੋੜ ਕੇ ਸਾਡੀਆਂ ਸਾਰੀਆਂ ਕੀਤੀਆਂ 12 ਬੀਜੇਪੀ ਦੀ ਪਾਰਟੀ ਤੋਂ 12 ਨੰਬਰ ਇਹਨਾਂ ਨੇ ਰੋਜ਼ ਸਾਨੂੰ ਤੰਗ ਕੀਤਾ ਮੇਰੇ ਹਸਬੈਂਡ ਰੇਹੜੀ ਲਾਈ ਉਹਦੀ ਰੇਹੜੀ ਚੁਕਵਾਤੀ ਤੂੰ ਸਰ ਦੇ ਸੀਟ ਸਰ ਦੇ ਮੈਂ ਧੀਰ ਨਹੀਂ ਛੱਡੀ ਮੈਂ ਸਕੂਲ ਲੱਗੇ ਨੇ ਮੈਨੂੰ ਸਕੂਲ ਵੀ ਢਾਤਾ ਹੁਣ ਮੈਂ ਜਿੱਤੀ ਨੀ ਇਹਨੇ ਰਾਤੋ ਰਾਤ ਮਸ਼ੀਨਾਂ ਬਦਲ ਕੇ ਮੇਰੀਆਂ ਸਾਰੀਆਂ ਵੋਟਾਂ ਕਾਂਗਰਸ ਪਾਰਟੀ ਪਾਤੀਆਂ ਉਹੀ ਜਿਹੀ ਜਿਹਨੂੰ ਆਜ਼ਾਦ ਖੋਤਾ ਜੀ 18 ਵੋਟਾਂ ਪਈਆਂ ਮੈਂ ਪਾਰਟੀ ਵੱਲੋਂ 12 ਵਾਰ ਤੋਂ ਹਰ ਵਰੇ ਬੀਜੇਪੀ ਜਿੱਤਦੀ ਆਈ ਕੀ ਗੱਲ ਉਹਨੂੰ 19 ਵੋਟਾਂ ਪੈਣਗੀਆਂ ਕਦੀ ਵੀ ਨਾ ਇਹਨਾਂ ਨੇ ਸਾਰਾ ਕੀਤਾ ਕਾਂਗਰਸ ਪਾਰਟੀ ਨੇ ਜੋ ਵੀ ਕੀਤਾ ਗਲਤ ਕੀਤਾ ਕਾਂਗਰਸ ਪਾਰਟੀ ਹਾਏ ਹਾਏ ਵੋਟਾਂ ਫੇਰ ਪਾਈਆਂ ਜਾਣ ਜਿਹਦੇ ਵਿਚੋਂ 9 ਨਿਕਲੀਆਂ ਬਾਕੀ ਕਿੱਥੇ ਗਈਆਂ ਸੀਲਾ ਤੋੜੀਆਂ ਬਾਕੀ ਕਿੱਥੇ ਗਈਆਂ ਮੈਂ ਜਦੋਂ ਬੂਥ ਤੇ ਖਲੋਤੀ ਇਹਨਾਂ ਨੇ ਮੇਰੇ ਕਿਹੜੀ ਵਾਰਡ ਵਾ ਕਿਹੜੀ ਵਾਰਡ ਕਿਹੜੀ ਤੁਹਾਡੀ ਵਾਰਡ ਕਿਹੜੀ ਰੇਡੀ ਚ ਗਈ ਫਿਰ ਇਹਨਾਂ ਨੇ ਕੀ ਕੀਤਾ ਮੈਨੂੰ ਸਕੂਲ ਹਟਾਇਆ ਮੇਰੇ ਘਰ ਦੇ ਜੀ ਮੇਰੀ ਗਲੀ ਚਾਰ ਗਲੀਆਂ ਜਿਨ੍ਹਾਂ ਦੀਆਂ ਹਰ ਵੀਰ ਬੀਜੇਪੀ ਜਿੱਤਦੀ ਆਈ ਉਹਨੇ ਕਿਹੜੀ ਗੱਲ ਚੁੱਪ ਕਰ ਜੀਏ ਵਾਰਡ ਨੰਬਰ 12 ਸ਼੍ਰੋਮਣੀ ਅਕਾਲੀ ਦਲ ਵੀਰ ਜੀ ਸਾਡਾ ਪਹਿਲੇ ਵੀ ਘਰ ਦਾ ਪ੍ਰਾਪਰਟੀ ਕੇਸ ਸੀਗਾ ਉਦੋਂ ਵੀ ਪਾੜੇ ਦੇ ਹੱਥ ਤੇ ਦੋ ਪਰਚੇ ਕਰਾਏ ਸੀ ਉਹ ਤੇ ਤੂੰ ਤੰਗ ਹੋ ਕੇ ਅੱਜ ਮੈਂ ਰਾਜਨੀਤੀ ਵਿੱਚ ਆਈ ਹਾਂ ਤੇ ਹੁਣ ਮੇਰੇ ਨਾਲ ਇਹ ਹਸ਼ਰ ਹੋਇਆ ਵਾ ਹੁਣ ਮੈਨੂੰ ਇਹ ਨਹੀਂ ਪਤਾ ਕਿ ਜਦੋਂ ਮੈਂ ਇੱਥੋਂ ਨਿਕਲਣਾ ਫਿਰ ਪਾੜਾ ਮੇਰੇ ਨਾਲ ਕੀ ਕਰਵਾ ਦੇ ਕਿਉਂਕਿ ਮੈਨੂੰ ਪੂਰਾ ਡਾਊਟ ਹੈ ਕਿ ਪਾੜਾ ਫਿਰ ਕੁਛ ਨਾ ਕੁਛ ਕਰਾਊਗਾ ਜ਼ਰੂਰ ਇਹ ਮੈਂ ਗਾਰੰਟੀ ਦਿੰਨੀ ਆ ਕਿਉਂਕਿ ਉਹਦਾ ਪਰਿਵਾਰ ਸਾਰਾ ਅੰਦਰ ਮੌਜੂਦ ਵਾ ਸਾਨੂੰ ਕਹਿੰਦੇ ਫੋਨ ਰੱਖੋ ਅਗਰ ਕੋਈ ਵੀ ਗੱਲ ਸਾਡੇ ਪਰਿਵਾਰ ਚੋਂ ਜਾਂ ਸਾਡੇ ਨਾਲ ਕੁਝ ਵੀ ਹੁੰਦਾ ਉਹਦਾ ਸਿੱਧਾ ਸਿੱਧਾ ਪਾੜਾ ਪਰਿਵਾਰ ਜ਼ਿੰਮੇਵਾਰ ਕਿਉਂਕਿ ਪਾੜੇ ਪਰਿਵਾਰ ਸਾਨੂੰ ਖਤਰਾ ਹੈਗਾ ਸਾਨੂੰ ਕਹਿੰਦੇ ਫੋਨ ਬਾਹਰ ਰੱਖੋ ਇਹਨਾਂ ਦੇ ਫੋਨ ਕਿਉਂ ਅੰਦਰ ਨੇ ਇਹਨਾਂ ਸਾਰੇ ਰੂਲ ਇੱਕ ਕਿਉਂ ਨਹੀਂ ਹੈਗੇ ਸਾਰੇ ਪਰਿਵਾਰ ਦੇ ਫੋਨ ਅੰਦਰ ਨੇ ਕਿਹੜੀ ਗੱਲ ਅਕਾਲੀ ਦਲ ਅਕਾਲੀ ਦਲ ਵਾਰਡ ਨੰਬਰ 12